ਅਸਲਾਮੁਅਲੈਕਮ ਵੈਲਕਮ ਟੂ ਲੈਟਸ ਕੁਕ ਟੂਗੇਦਰ ਕੁੜੀਓ ਮੈਂ ਅੱਜ ਮੈਂ ਥੋੜੀ ਜਿਹੀ ਪਿੰਡਦੀਆਂ ਹੋਰ ਗੱਲਾਂ ਕਰਨਾ ਚਾਹਨੀ ਆ ਥੋੜਾ ਜਿਹਾ ਮੇਰਾ ਗਲਾ ਖਰਾਬ ਏ ਬੜੀ ਮਾਜ਼ਰਤ ਮੈਂ ਤੁਹਾਨੂੰ ਦੱਸਣਾ ਸੀ ਜਦੋਂ ਸਾਡੇ ਘਰ ਨਾ ਪੇਟੀਆਂ ਖੁੱਲਦੀ ਹੁੰਦੀ ਸੀ ਹਰ ਇੱਕ ਦੇ ਘਰ ਪੇਟੀਆਂ ਹੁੰਦੀਆਂ ਸਨ ਦੋ ਪੇਟੀਆਂ ਤੇ ਲਾਜ਼ਮੀ ਸਨ ਨਾ ਤੇ ਇੱਕ ਇੱਕ ਜਾਂ ਦੋ ਨਾ ਸਾਡੇ ਘਰ ਦੋ ਸਨ ਤੇ ਜਦੋਂ ਅਮੀ ਨੇ ਪੇਟੀ ਖੋਲਹੀ ਓਏ ਹੋਏ ਬੜਾ ਮਜ਼ਾ ਆਣਾ ਤੇ ਬੇਟੀ ਦੇ ਵਿੱਚੋਂ ਰਜਾਈਆਂ ਕੱਢੀਆਂ, ਬਰਤਨ, ਜੋ ਵੀ ਰੱਖਿਆ ਹੋਣਾ ਨਾ ਪਰ ਸਾਨੂੰ ਇਜਾਜ਼ਤ ਨਹੀਂ ਹੁੰਦੀ ਸੀ ਬਰਤਨਾਂ ਨੂੰ ਹੱਥ ਲਾਉਣ ਦੀ ਕਿਉਂਕਿ ਅਮੀ ਜੀ ਨੇ ਕਿਹਾ ਨਹੀਂ ਨਹੀਂ ਇਹ ਤੁਹਾਡੀ ਬਾਜੀ ਲਈ ਰੱਖੇ ਹੋਏ ਨੇ ਇਹਨਾਂ ਨੂੰ ਨਹੀਂ ਛੇੜਨਾ ਤੁਸੀਂ ਐ ਜਿਹੜੀਆਂ ਰਜਾਈਆਂ ਨੇ ਨਾ ਵੈਲਵਟ ਦੀਆਂ ਇਹ ਵੀ ਨਹੀਂ ਛੇੜਨੀਆਂ ਇਹ ਬਾਜੀ ਲਈ ਨੇ ਤੇ ਫਿਰ ਅਮੀ ਦੇ ਪੁਰਾਣੇ ਦੁਪੱਟੇ ਜਿਹੜੇ ਹੁੰਦੇ ਸਨ ਉਹ ਕੱਢ-ਕੱਢ ਉਹਨਾਂ ਦੀਆਂ ਸਾਰੀਆਂ ਬਣਾ ਬਣਾ ਕੇ ਬਣਾਵਣਾ ਕਿ ਬੜਾਈ ਪੜਾਈ ਅੱਛਾ ਲੱਗਣਾ ਨਵੇਂ ਤੇ ਨਵੇਂ ਦੁਪੱਟਾ ਕੱਟ ਕੇ ਹੁੰਦੇ ਤੇ ਪੁਰਾਣੇ ਸੰਦ ਦੁਪੱਟੇ ਪਰ ਖੂਬਸੂਰਤ ਬਹੁਤ ਹੁੰਦੇ ਸਨ ਅਮੀਦੇ ਜਿਹੇ ਜਿਹੇ ਸ਼ਾਦੀ ਦੇ ਕੱਪੜੇ ਕੱਟ-ਕਟ ਪਾਣੇ ਇੰਨਾ ਅੱਛਾ ਲੱਗਣਾ ਪਾ ਪਾ ਕੇ ਮਾਡਲਿੰਗ ਕਰਨੀ ਫਿਰ ਅਸਾ ਫਿਰ ਜੇ ਤਾਂ ਸਰਦੀਆਂ ਆ ਜਾਣੀਆਂ ਤੇ ਪੇਟੀ ਫਿਰ ਖੁੱਲਣੀ ਤੇ ਫਿਰ ਰਜਾਈਆਂ ਕੱਢਣੀਆਂ ਸਾਰੀਆਂ ਤੇ ਜਦੋਂ ਕੋਈ ਪਹਿਣਾ ਬੈਠੀਆਂ ਹੁੰਨ ਰਜਾਈ ਵਿੱਚ ਤੇ ਆ ਕੇ ਨਾ ਠੰਡੇ ਠੰਡੇ ਪੈਰ ਉਹਨਾਂ ਲਾ ਦੇਣੇ ਉਹਨਾਂ ਦੇ ਨਾਲ ਬੈ ਕੇ ਤੇ ਬੜੀ ਕੁਟ ਪੈਂਦੀ ਹੁੰਦੀ ਸੀ ਫਿਰ ਸਰਦੀਆਂ 'ਚ ਮੋਂਗਫਲੀ ਮੰਗਾਣੀ ਤੇ ਰਜ਼ਾਈਆਂ ਤੇ ਬੈਠ ਕੇ ਮੌਂਫਲੀ ਖਾਣੀ ਉਦੋਂ ਤੇ ਕੋਈ ਇੰਨੇ ਅਮੀਰ ਵੀ ਨਹੀਂ ਸਨ ਸਾਰੇ ਹੁੰਦੇ ਲੇਕਿਨ ਫਿਰ ਵੀ ਚਲਗੋਜ਼ੇ ਮਿਲ ਹੀ ਜਾਂਦੇ ਸਨ ਸਭ ਨੂੰ ਉਦੋਂ ਵੀ ਦੇਖੋ ਲੈ ਲਈਦੇ ਸਨ ਤੇ ਚਲਗੋਜ਼ੇ ਬੈਠ ਕੇ ਖਾਣੇ ਫਿਰ ਰਿਓੜੀਆਂ ਖਾਣੀਆਂ ਬਰੁੰਡੇ ਹੋਣੇ ਬੜੀ ਅੱਛਾ ਦੌਰ ਸੀ ਇਹ ਦੇਖੋ ਇਹ ਗੋਰੀਆਂ ਦੇ ਕੰਮ ਵੇਖ ਲੋ ਇਹਨਾਂ ਨੇ ਚੂਵੇ ਵੀ ਡੱਬੇ ਚ ਰੱਖਿਓ ਹੀ ਨੇ ਹੈ ਇਹ ਚੂਵੇ ਵੇਚਦੇ ਜੇ ਬਿੱਲੀਆਂ ਕੋਈ ਚੀਜ਼ ਨਾ ਛੱਡੀ ਨਹੀਂ ਜਿਹੜੀ ਇਹ ਵੇਚਣਾਂ ਚੂਵੇ ਗਿਰਗਿਟ ਕਿਰਲੇ ਪਤਾ ਨਹੀਂ ਕਿਰ ਕਿਰ ਚੀਜ਼ ਐ ਸੋਹਣੀਆਂ ਚੀਜ਼ਾਂ ਚ ਨਿੱਕੇ ਨਿੱਕੇ ਤੋਤੇ ਮੈਂ ਕਬੂਤਰ ਕਹਿਣ ਲਗੀ ਸਜੇ ਐ ਦੇਖ ਲਓ ਇਹ ਕਿਰਲੇ ਵੀ ਕਿਰਲੇ ਵੀ ਰੱਖੇ ਜੀ ਇਹਨਾਂ ਨੇ ਇਹ ਸੇਲ ਕਰਦੇ ਨੇ ਕਿਰਲੇ ਐਸਾ ਨੇ ਬੜਾ ਪਿਆਰਾ ਲੱਗਿਆ ਸੀ ਤੇ ਸਾਡੇ ਪਿੰਡ ਜਦੋਂ ਆ ਜਾਣਾ ਸਾਡੇ ਘਰ ਚੂਵੇ ਤੇ ਚੂਵਿਆਂ ਨੂੰ ਪਿੰਜਰੇ ਚ ਪਿੰਜਰਾ ਲਾ ਦੇਣਾ ਚੂਵੇ ਨੇ ਪਿੰਜਰੇ ਚ ਆ ਜਾਣਾ ਤੇ ਪਿੰਜਰਾ ਲੈ ਕੇ ਟੁਰ ਪੈਣਾ ਚਪਟ ਚਿੱਟ ਬੂਣ ਤਾਂ ਕਿ ਉਹ ਤਾਂ ਚੂਵੇ ਨੂੰ ਡਬੋਣ ਦਾ ਸਾਰਾ ਮੱਲਾ ਨਾਲ ਜਾਣਾ ਸੀ ਤੇ ਜਾ ਕੇ ਖੋਨ ਮਾਰ ਕੇ ਆਈਦਾ ਸੀ ਤੇ ਜਦੋਂ ਬਿਜਲੀ ਟੁੱਟ ਜਾਣੀ ਸਾਰਿਆਂ ਨੇ ਇਕੱਠੇ ਹੋ ਜਾਣਾ ਘਰ ਦੇ ਵਿੱਚ ਇੱਕ ਕਮਰੇ 'ਚ ਬਹਿ ਜਾਣਾ ਗੱਲਾਂ ਸੁਣਾਉਣੀਆਂ ਫਿਰ ਲੁਕਣ ਮਿੱਟੀ ਖੇਡਣਾ ਘਰ ਦੇ ਵਿੱਚ ਹੀ ਨਾ ਤੇ ਗਰਮੀਆਂ 'ਚ ਵੀ ਬਾਹਰ ਨਾ ਜਾਣਾ ਦੁਪਹਿਰ ਦੀ ਗਰਮੀਆਂ ਨੂੰ ਸਾਰਿਆਂ ਨੇ ਸੌ ਜਾਣਾ ਐਸੀ ਅੱਛੀ ਰੂਟੀਨ ਸੀ ਨਾ ਐਸਾ ਅੱਛਾ ਦੌਰ ਕੀ ਖਾ ਬੀਓਗੇ ਨਾ ਸਾਰੇ ਦੋੜ ਬਹੁਤ ਪਿਆਰਾ ਸਾਡਾ ਦੋੜ ਘਟੀ ਲੱਸੀ ਬਣਾਣੀ ਫਿਰ ਲੋਕਾਂ ਲੱਸੀ ਲੈਣ ਆਣੀ ਜਾਂ ਅਸੀਂ ਕਦੀ ਲੈਣ ਜਾਣੀ ਤੇ ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ ਸਾਰੇ ਲੋਕੀ ਨਾ ਕੋਈ ਕੁਛ ਮੰਗਣਾ ਚਾਹੁੰਦਾ ਸੀ ਖੁਸ਼ੀ ਨਾਲ ਉਹਨੂੰ ਦੇਂਦੇ ਸਨ ਬਹੁਤ ਖੁਸ਼ੀ ਹੁੰਦੀ ਸੀ ਕਿ ਸਾਡੇ ਘਰੋਂ ਕੋਈ ਕੁਝ ਚੀਜ਼ ਲੈਣ ਆਇਆ ਹੈ ਜਾਂ ਅਸੀਂ ਕਿਤੇ ਲੈਣ ਗਿਆ ਹਾਂ ਕੋਈ ਸਾਲਣ ਨਹੀਂ ਸੀ ਮੰਗਦਾ ਹਰ ਇੱਕ ਦੇ ਘਰ ਬੰਦਾ ਸੀ ਸਾਲਣ ਤੇ ਫਿਰ ਜਦੋਂ بارش ਹੁੰਨੀ ਗਰਮੀਆਂ 'ਚ ਤੇ ਸਾਰੇ ਲੋਕਾਂ ਨੇ ਬਾਹਰ ਨਿਕਲਣਾ بارش 'ਚ ਬੱਚਿਆਂ ਨੇ ਮੋਸਟਲੀ ਮਿੱਟੀ 'ਚ ਹੀ ਨਿਚੇ ਲਾਂਦੇ ਬੱਚੇ ਜ਼ਿਆਦਾ ਆਉਂਦੇ ਸਨ بارش 'ਚ ਨਾ ਨਾ ਕੇ ਫਿਰ ਸਭ ਲੋਕਾਂ ਨੇ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਚੀਜ਼ ਜ਼ਰੂਰ ਕਰ ਬਣਾਣੀ ਹੁੰਦੀ ਸੀ بارش ਆ ਜਾਣੀ ਫਿਰ ਇੱਕ ਮੈਨੂੰ ਯਾਦ ਆਉਂਦਾ ਹੈ ਮੌਸਮ ਹੁੰਦਾ ਸੀ ਪੂੜਿਆਂ ਦਾ بارش ਪੈਣੀ ਤੇ ਪੂੜੇ ਵੀ ਬਣਾਣੇ ਤੇ ਬੜਾ ਹੀ ਅੱਛਾ ਲੱਗਣਾ ਆਏ ਤੇ ਫਿਰ ਜਦੋਂ ਕੋਈ ਦੇਗ ਵੰਡੀ ਜਾਣੀ ਫਿਰ ਚਾਵਲ ਫਿਰ ਕਦੀ ਲੈ ਕੇ ਆਣੇ ਘਰ ਚਾਵਲ ਟਿਕੂਟ ਕਹਿਣ ਕਰੋ ਕਿ ਤੂੰ ਮੰਗਣਾ ਨਹੀਂ ਤੇ ਚਾਵਲ ਲੈ ਕੇ ਆਈਂ ਤੇ ਕਦੀ ਲੈ ਲੈਣੀ ਬਾਰੋ ਚੀਜ਼ ਤੇ ਬਾਰੀ ਖਾਓ ਖੋਕੀ ਫਿਰ ਖਾਣਾ ਕਿ ਕੁੱਟ ਪਈ ਸੀ ਪਿਛਲੀ ਵਾਰੀ ਤੇ ਹੁਣ ਨਾ ਪਏ ਤੇ ਪਿੰਡ 'ਚ ਉਹ ਹੀ ਦੋ ਤਿੰਨ ਦੁਕਾਨਾਂ ਹੁੰਦੀਆਂ ਸਨ ਜਿੱਥੋਂ ਚੀਜ਼ ਲੈਣੀ ਹੁੰਦੀ ਸੀ ਯਾ ਚਾਰ ਕੋਣ ਕਿਹਾ ਉਸ ਤੋਂ ਇਲਾਵਾ ਕੋਈ ਦੁਕਾਨ ਨਹੀਂ ਹੁੰਦੀ ਸੀ ਪਿੰਡ 'ਚ ਹੁਣ ਤੇ ਪਿੰਡ ਵੀ ਸਾਰੇ ਸ਼ਹਿਰ ਬਣ ਗਏ ਹੋਏ ਨੇ ਨਾ ਇਸ ਕਰ ਤੇ ਕਰਦਾ ਲਸਣ ਕਰ ਤੇ ਪਿਆਜ਼ ਤੇ ਵੇਖ ਲਓ ਇੱਥੇ ਕਿੰਨੀਆਂ ਮਹਿੰਗੀਆਂ ਚੀਜ਼ਾਂ ਨੇ ਤੇ ਪਿੰਡ ਚ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ ਕਿਤੇ ਘਰ ਕਿੰਨੇ ਬੱਚੇ ਨੇ ਕਿਤੇ ਘਰ ਕੀ ਹੋ ਰਿਹਾ ਹੈ ਕੀ ਨਹੀਂ ਤੇ ਬੜਾ ਅੱਛਾ ਲੱਗਦਾ ਸੀ ਹੁਣ ਤੇ ਨਾਲ ਵਾਲੇ ਜਿਹੜੇ ਨੇਬਰਸ ਨੇ ਇਹਨਾਂ ਦਾ ਵੀ ਨਹੀਂ ਪਤਾ ਹੁੰਦਾ ਕਿ ਇਹਨਾਂ ਤੇ ਕਿੰਨੇ ਬੱਚੇ ਨੇ ਤੇ ਕੀ ਇਹ ਤੱਕ ਕੀ ਨਹੀਂ ਉਹਦੋ ਤਕ ਕੋਈ ਬਾਹਰ ਦਾ ਪਿੰਡ ਤੋਂ ਵੀ ਆ ਜਾਣਾ ਤੇ ਉਹਨੇ ਦੂਰੋਂ ਹੀ ਪੁੱਛ ਲੈਣਾ ਕਿ ਫਲਾਣੇ ਘਰ ਜਾਣਾ ਤੇ ਉਹਨੂੰ ਘਰ ਤੱਕ ਛੱਟ ਕੇ ਜਾਂਦੇ ਸਨ ਤੇ ਹੁਣ ਤੇ ਡਰੈਸ ਪਾਣੇ ਆ ਤੇ ਪਹੁੰਚਣੇ ਆ ਆਪਣਾ ਖਿਆਲ ਰੱਖਣਾ ਅੱਲਾ ਹਾਫਿਜ਼